ਬਾਬਾ ਬੰਦਾ ਸਿੰਘ ਬਹਾਦਰ ਬਹਾਦਰ ਤਾਂ ਤੁਸੀਂ ਹਿਸਾਬ ਲਾ ਲਓ ਕਿ ਇੱਕ ਕਿੱਡਾ ਬਹਾਦਰ ਹੋਏਗਾ ਅਤੇ ਕੌਣ ਕੀ ਹੋਏਗਾ। ਅਤੇ ਅੱਜ ਦੀ ਵੀਡੀਓ ਦੀ ਬੜੀ ਦੇਰ ਤੋਂ ਰਿਕੁਐਸਟ ਆਉਣ ਦੀ ਸੀ। ਖੈਰ ਪਹਿਲੇ ਆਪਾਂ ਵੀਡੀਓ ਦੇਖਦੇ ਕਿ ਬਾਬਾ ਬੰਦਾ ਸਿੰਘ ਬਹਾਦਰ ਕੌਣ ਸੀਗਾ, ਫਿਰ ਆਪਾਂ ਗੱਲਬਾਤ ਕਰਨੀ। ਘੋੜਿਆਂ ਦੇ ਮਗਰ ਪਾ ਲਿਆ ਵਜ਼ੀਰ ਖਾਂ, 20 ਕਿਲੋਮੀਟਰ ਉਹਨੂੰ ਘੜੀਸ ਕੇ ਸਰਹੰਦ ਲੈ ਕੇ ਗਏ। ਹੰਕਾਰ 'ਚ ਆਏ ਨੇ ਜਿੱਥੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਵਾਇਆ ਸੀਗਾ, ਉਹੀ ਵਜ਼ੀਰ ਖਾਂ ਨੂੰ ਅੱਜ ਲਹੂ ਲਹਾਨ ਗੁਰੂ ਦੇ ਸਿੱਖ ਸਰਹੰਦ ਦੀਆਂ ਗਲੀਆਂ 'ਚ ਘਸੀਟ ਰਹੇ ਨੇ। ਸਰਹੰਦ ਦੇ ਸਾਰੇ ਲੋਕਾਂ ਦੇ ਸਾਹਮਣੇ ਇੱਕ ਜੰਡ ਦਾ ਦਰਖਤ ਸੀਗਾ, ਰੱਸਾ ਪਾ ਕੇ ਉਹਨੂੰ ਜੰਡ ਦੇ ਦਰਖਤ 'ਤੇ ਪੁੱਠਾ ਟੰਗਿਆ ਗਿਆ। ਉਦੋਂ ਬਾਅਦ ਗਿਰਜਾਂ ਬਾਜ ਆ ਕੇ ਉਹਨੂੰ ਨੋਚ ਨੋਚ ਕੇ ਉਹਦੇ ਸਰੀਰ ਨੂੰ ਖਾਧਾ ਅਤੇ ਉਹ ਤੜਫ ਤੜਫ ਕੇ ਮਰਿਆ। ਆਹ ਅੰਤ ਵਜ਼ੀਰ ਖਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤਾ। ਸਵੇਰੇ ਇਹ 12 ਮਈ 1710 ਨੂੰ ਉੱਥੇ ਯੁੱਧ ਹੋਇਆ ਸੀ, ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ 5 ਸਾਲ ਬਾਅਦ। ਕਹਿੰਦੇ ਨੇ ਵੀ ਜਿਹੜੀ ਵਜ਼ੀਰ ਖਾਂ ਦੀ ਫੌਜ ਸੀਗੀ, 8 ਉਹਦੇ ਕੋਲ ਹਾਥੀ ਸੀਗੇ, ਵੱਡੇ ਵੱਡੇ ਹਾਥੀ, ਵੱਡੀਆਂ ਵੱਡੀਆਂ ਤੋਪਾਂ, ਮਤਲਬ ਹਜ਼ਾਰਾਂ ਦੀ ਗਿਣਤੀ 'ਚ ਉਹਦੇ ਕੋਲ ਘੋੜ ਸਵਾਰ। ਇੱਧਰ ਜਿਹੜੀ ਸਿੱਖਾਂ ਦੀ ਫੌਜ ਸੀਗੀ, ਇਹਨਾਂ ਕੋਲ ਨੋਰਮਲ ਹਥਿਆਰ, ਤਲਵਾਰਾਂ, ਨੇਜੇ, ਤੀਰ ਕਮਾਨ, ਤੋਪਾਂ ਨਾਲ ਉਹਨਾਂ ਨੇ ਸਭ ਤੋਂ ਅੱਗੇ ਜਿਹੜੇ ਵਜ਼ੀਰ ਖਾਂ ਦੇ ਹਾਥੀ ਸੀਗੇ ਉਹਦੇ ਹਾਥੀਆਂ 'ਤੇ ਹਮਲਾ ਕਰਤਾ। ਹਾਥੀ ਕਈ ਜ਼ਖਮੀ ਹੋ ਗਏ, ਹਾਥੀ ਪਿੱਛੇ ਨੂੰ ਭੱਜਣ ਲੱਗ ਗਏ। ਇੱਕ ਹੋਰ ਚਾਲ ਖੇਡੀ ਸੀ ਵਜ਼ੀਰ ਖਾਂ ਨੇ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਤਿਆਰੀ ਕਰ ਰਹੇ ਸੀ ਜੰਗ ਦੀ, ਭਾਈ ਬਾਜ ਸਿੰਘ ਵਿਚਾਲੇ ਆ ਗਏ। ਵਜ਼ੀਰ ਖਾਂ ਨੇ ਨਾ ਨੇਜਾ ਮਾਰਿਆ ਭਾਈ ਬਾਜ ਸਿੰਘ ਵੱਲ, ਨੇਜਾ ਮਾਰਿਆ। ਜਦੋਂ ਭਾਈ ਬਾਜ ਸਿੰਘ ਵੱਲ ਉਹਨਾਂ ਨੇ ਬੁੱਚ ਲਿਆ ਨੇਜਾ, ਉਹਨਾਂ ਨੇ ਬੁੱਚ ਕੇ ਵਾਪਸ ਮਾਰਿਆ, ਵਜ਼ੀਰ ਖਾਂ ਥੱਲੇ ਡਿੱਗ ਗਿਆ। ਵਜ਼ੀਰ ਖਾਂ ਨੇ ਥੱਲੇ ਡਿੱਗਦੇ ਡਿੱਗਦੇ ਨਾ ਤੀਰ ਮਾਰਿਆ, ਤੀਰ ਭਾਈ ਬਾਜ ਸਿੰਘ ਦੇ ਬਾਂਹ 'ਚ ਵੱਜਿਆ। ਵਜ਼ੀਰ ਖਾਂ ਪਾਪੀ ਨੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਸ਼ਹੀਦ ਕਰਾਇਆ ਸੀ। ਰੱਬ ਦੇ ਰੰਗ ਦੇਖੋ ਕਿ ਵਜ਼ੀਰ ਖਾਂ ਦਾ ਅੰਤ ਵੀ ਭਾਈ ਫਤਿਹ ਸਿੰਘ ਦੀ ਤਲਵਾਰ 'ਚੋਂ ਹੋਇਆ। ਭਾਈ ਫਤਿਹ ਸਿੰਘ ਯੋਧਾ ਸੀਗਾ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦਾ। ਸਰਹੰਦ ਫਿਰ ਫਤਿਹ ਕਰ ਲਿਆ ਸਿੱਖਾਂ ਨੇ। ਪਹਿਲਾ ਜਿਹੜਾ ਸਿੱਖ ਰਾਜ, ਖਾਲਸਾ ਰਾਜ ਪਹਿਲਾ ਜਿਹੜਾ ਕਾਇਮ ਹੋਇਆ, ਉਹ ਸਰਹੰਦ 'ਚ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ। ਕਿ ਬਾਬਾ ਬੰਦਾ ਸਿੰਘ ਬਹਾਦਰ ਨੇ 3 ਕਰੋੜ ਰੁਪਈਆ ਕਬਜ਼ੇ 'ਚ ਲਿਆ, ਔਰ ਉਹ ਕਿਸੇ ਨਿਰਦੋਸ਼ਾਂ ਨੂੰ ਲੁੱਟਿਆ ਨਹੀਂ ਹੈਗਾ, ਕਿਸੇ ਦੇ ਘਰ 'ਚ ਡਾਕਾ ਨਹੀਂ ਮਾਰਿਆ ਹੈਗਾ। 3 ਕਰੋੜ ਰੁਪਈਆ ਗੱਡਿਆਂ 'ਤੇ ਲੱਦ ਕੇ ਫਿਰ ਉਹਨਾਂ ਨੇ ਲੋਹਗੜ੍ਹ ਭੇਜਿਆ ਬਾਬਾ ਬੰਦਾ ਸਿੰਘ ਬਹਾਦਰ। ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਇਕੱਠ ਕੀਤਾ ਉੱਥੇ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਵੀ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ, ਸੁੱਚਾ ਆਨੰਦ ਹਜੇ ਵੀ ਉਸੇ ਹੀ ਸ਼ਹਿਰ 'ਚ ਫਿਰਦਾ ਹੈ, ਕਿਉਂ ਨਹੀਂ ਨਿਕਲਿਆ ਉਹ, ਕਿਉਂ ਨਹੀਂ ਭੱਜ ਪਾਇਆ। ਜਦੋਂ ਗੁਰੂ ਸਾਹਿਬ ਤੋਂ ਥਾਪੜਾ ਲੈ ਕੇ ਬੰਦਾ ਸਿੰਘ ਬਹਾਦਰ ਇੱਥੇ ਪਹੁੰਚੇ ਪੰਜਾਬ, ਤਾਂ ਉਹਨਾਂ ਨੇ ਬਹੁਤ ਸਾਰੇ ਇਲਾਕੇ ਮੁਸਲਮਾਨਾਂ ਤੋਂ ਆਜ਼ਾਦ ਕਰਵਾਏ। ਤਾਂ ਵਜ਼ੀਰ ਖਾਂ ਘਬਰਾ ਗਿਆ, ਐਡੀ ਵੱਡੀ ਫੌਜ ਦਾ ਮਾਲਕ ਬੰਦਾ ਸਿੰਘ ਬਹਾਦਰ ਤੋਂ ਘਬਰਾਇਆ ਬੈਠਾ ਸੀ ਉਸ ਟਾਈਮ। ਬੰਦਾ ਸਿੰਘ ਬਹਾਦਰ ਦੀ ਜਿਹੜੀ ਫੌਜ ਦੀ ਟੁਕੜੀ ਸੀ ਉਹ ਇੱਥੇ ਰਹਿੰਦੀ ਸੀ ਛੱਤ ਬਨੂੜ। ਉਸ ਟਾਈਮ ਛੱਤ ਬਨੂੜ ਤੋਂ ਸਰਹੰਦ ਤਕਰੀਬਨ ਮੇਰੇ ਖਿਆਲ 30 ਕਿਲੋਮੀਟਰ ਦੂਰ ਹੋਣਾ। ਹੁਣ ਬੰਦਾ ਸਿੰਘ ਬਹਾਦਰ ਦੀ ਅੱਖ ਸੀਗੀ ਜਿਹੜੀ ਨਾ ਉਹ ਸਰਹੰਦ 'ਤੇ ਸੀ। ਤਾਂ ਵਜ਼ੀਰ ਖਾਂ ਨੇ ਕੀ ਚਾਲ ਚੱਲੀ, ਵਜ਼ੀਰ ਖਾਂ ਕਹਿੰਦਾ ਵੀ ਬੰਦਾ ਸਿੰਘ ਬਹਾਦਰ ਮੇਰੇ 'ਤੇ ਹਮਲਾ ਕਰੇ, ਉਸ ਤੋਂ ਪਹਿਲਾਂ ਮੈਂ ਹੀ ਉਹਦੇ 'ਤੇ ਹਮਲਾ ਕਰਦਾ। ਫੌਜ ਦੀ ਭਰਤੀ ਖੋਲ੍ਹਤੀ, ਆਸ ਪਾਸ ਦੇ ਜਿਹੜੇ ਮੁਗਲ ਸੀਗੇ, ਜਿਹੜੇ ਬਲੋਚ ਸੀਗੇ ਅਤੇ ਜਿਹੜੇ ਪਠਾਨ ਸੀ ਉਹਨਾਂ ਕੋਲ ਜਾ ਕੇ ਉਹਨਾਂ ਨੇ ਮਿੰਨਤਾਂ ਤਰਲੇ ਕਰਨ ਲੱਗ ਗਿਆ ਜਹਾਦ ਦੇ ਨਾਮ 'ਤੇ, ਵੀ ਇਸਲਾਮ ਧਰਮ ਦੇ ਨਾਮ 'ਤੇ ਵੀ ਮੇਰਾ ਸਾਥ ਦਿਓ ਤੁਸੀਂ। ਦਿੱਲੀ ਤੋਂ ਹਥਿਆਰ ਮੰਗਵਾਉਣੇ ਸ਼ੁਰੂ ਕਰਤੇ, 1 ਲੱਖ ਦੀ ਕਹਿੰਦੇ ਉਹਨੇ ਫੌਜ ਤਿਆਰ ਕਰ ਲਈ ਸੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਕੋਲ ਸਿਰਫ 30-40 ਹਜ਼ਾਰ ਦੀ ਫੌਜ ਸੀਗੀ। ਬਾਬਾ ਬੰਦਾ ਸਿੰਘ ਬਹਾਦਰ ਛੱਤ ਬਨੂੜ ਤੋਂ ਚੱਲਦੇ ਨੇ ਸਰਹੰਦ 'ਤੇ ਹਮਲਾ ਕਰਨ ਲਈ। ਛੱਪੜ ਝਿੜੀ ਉਹ ਪਹੁੰਚਦੇ ਨੇ, ਛੱਪੜ ਝਿੜੀ ਜਾ ਕੇ ਉਹਨਾਂ ਨੂੰ ਖਬਰ ਮਿਲਦੀ ਆ ਕਿ ਵਜ਼ੀਰ ਖਾਂ ਦੀਆਂ ਫੌਜਾਂ ਸਰਹੰਦ ਤੋਂ ਚੱਲ ਪਈਆਂ ਨੇ, ਤਾਂ ਉਹ ਉਸੇ ਜਗ੍ਹਾ 'ਤੇ ਰੁਕ ਗਏ, ਜਿਹਨੂੰ ਹੁਣ ਚੱਪੜ ਝਿੜੀ ਕਹਿੰਦੇ ਨੇ ਨਾ, ਬਦਲ ਕੇ ਨਾਮ ਉਹਦਾ ਚੱਪੜ ਝਿੜੀ ਕਹਿੰਦੇ ਨੇ ਹੁਣ ਉਹਨੂੰ, ਜਿੱਥੇ ਜੰਗ ਹੋਈ ਆ। ਉਹਦਾ ਅਸਲ ਨਾਮ ਸੀਗਾ ਛੱਪੜ ਝਿੜੀ, ਛੱਪੜਾਂ ਦੀ ਝਿੜੀ ਸੀ, ਇਸ ਕਰਕੇ ਉਹਨੂੰ ਛੱਪੜ ਝਿੜੀ ਕਹਿੰਦੇ ਸੀ। ਸਵੇਰੇ ਇਹ 12 ਮਈ 1710 ਨੂੰ ਉੱਥੇ ਯੁੱਧ ਹੋਇਆ ਸੀ, ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ 5 ਸਾਲ ਬਾਅਦ। ਕਹਿੰਦੇ ਨੇ ਵੀ ਜਿਹੜੀ ਵਜ਼ੀਰ ਖਾਂ ਦੀ ਫੌਜ ਸੀਗੀ, 8 ਉਹਦੇ ਕੋਲ ਹਾਥੀ ਸੀਗੇ, ਵੱਡੇ ਵੱਡੇ ਹਾਥੀ, ਵੱਡੀਆਂ ਵੱਡੀਆਂ ਤੋਪਾਂ, ਮਤਲਬ ਹਜ਼ਾਰਾਂ ਦੀ ਗਿਣਤੀ 'ਚ ਉਹਦੇ ਕੋਲ ਘੋੜ ਸਵਾਰ। ਇੱਧਰ ਜਿਹੜੀ ਸਿੱਖਾਂ ਦੀ ਫੌਜ ਸੀਗੀ, ਇਹਨਾਂ ਕੋਲ ਨੋਰਮਲ ਹਥਿਆਰ, ਤਲਵਾਰਾਂ, ਨੇਜੇ, ਤੀਰ ਕਮਾਨ, ਕੁਛ ਕੁ ਗਿਣਵੀਆਂ ਚੁਣਵੀਆਂ ਬੰਦੂਕਾਂ ਸੀਗੀਆਂ ਕਹਿੰਦੇ, ਅਤੇ 6 ਤੋਪਾਂ ਸੀ ਇਹਨਾਂ ਕੋਲ। ਪਰ ਇਹਨਾਂ ਕੋਲ ਜਿਹੜੀ ਚੀਜ਼ ਸੀ ਉਹ ਮੁਗਲਾਂ ਕੋਲ ਨਹੀਂ ਸੀ, ਇਹਨਾਂ ਕੋਲ ਜਜ਼ਬਾ, ਜਨੂੰਨ, ਗੁਰੂ ਸਾਹਿਬ ਦਾ ਓਟ ਆਸਰਾ, ਯਾ ਅਲੀ ਦੇ ਨਾਰੇ ਲੱਗ ਰਹੇ ਨੇ ਉੱਚੀ ਉੱਚੀ, ਇੱਧਰੋਂ ਸਿੱਖ ਫੌਜਾਂ ਦੇ ਅਕਾਲ ਅਕਾਲ ਦੇ ਨਾਰੇ ਲੱਗ ਰਹੇ ਨੇ। ਬਾਬਾ ਬੰਦਾ ਸਿੰਘ ਬਹਾਦਰ ਉਦੋਂ ਇੱਕ ਟਿੱਲੇ 'ਤੇ ਬੈਠ ਗਏ,
ਟਿੱਲਾ ਇੱਕ ਟਿੱਬੇ ਦੀ ਤਰ੍ਹਾਂ ਉੱਥੇ ਬੈਠ ਕੇ ਸਾਰੀ ਉਹ ਨੀਤੀ ਘੜ ਰਹੇ ਸੀਗੇ, ਫੌਜਾਂ ਲੜ ਰਹੀਆਂ ਸੀਗੀਆਂ। ਵਜ਼ੀਰ ਖਾਨ ਦੀ ਜਿਹੜੀ ਫੌਜ ਸੀਗੀ ਉਹ 'ਚ ਸਭ ਤੋਂ ਅੱਗੇ ਹਾਥੀ ਸੀਗੇ, ਵੱਡੇ ਵੱਡੇ ਹਾਥੀ, ਉਦੋਂ ਪਿੱਛੋਂ ਫਿਰ ਤੋਪਾਂ ਸੀਗੀਆਂ, ਫਿਰ ਉਦੋਂ ਪਿੱਛੇ ਘੋੜ ਸਵਾਰ ਸੀਗੇ, ਫਿਰ ਉਦੋਂ ਪਿੱਛੇ ਜਿਹੜੇ ਪੈਦਲ ਚੱਲਣ ਵਾਲੇ ਹੁੰਦੇ ਨੇ ਉਹ ਹੁੰਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਦੀ ਸਟ੍ਰੈਟਜੀ ਦੇਖੋ, ਉਹਨਾਂ ਨੇ ਕੀ ਕੀਤਾ ਨਾ, ਉਹਨਾਂ ਕੋਲ ਜਿਹੜੀਆਂ ਤੋਪਾਂ ਸੀਗੀਆਂ ਉਹ ਤੋਪਾਂ ਨਾਲ ਉਹਨਾਂ ਨੇ ਸਭ ਤੋਂ ਅੱਗੇ ਜਿਹੜੇ ਵਜ਼ੀਰ ਖਾਨ ਦੇ ਹਾਥੀ ਸੀਗੇ ਉਹਦੇ ਹਾਥੀਆਂ 'ਤੇ ਹਮਲਾ ਕਰਤਾ। ਹਾਥੀ ਕਈ ਜ਼ਖਮੀ ਹੋ ਗਏ, ਹਾਥੀ ਪਿੱਛੇ ਨੂੰ ਭੱਜਣ ਲੱਗ ਗਏ, ਮੁਗਲਾਂ ਦੀਆਂ ਫੌਜਾਂ ਹੀ ਕੁਚਲਤੀਆਂ। ਉਦੋਂ ਬਾਅਦ ਉਹਨਾਂ ਨੇ ਕੀ ਕੀਤਾ, ਮੁਗਲਾਂ ਨੇ ਵਜ਼ੀਰ ਖਾਨ ਦੀ ਫੌਜ ਨੇ ਤੋਪਾਂ ਨਾਲ ਹਮਲਾ ਕਰਤਾ। ਤਾਂ ਜਿਹੜੇ ਬੰਦਾ ਸਿੰਘ ਬਹਾਦਰ ਦੀ ਸਿੱਖਾਂ ਦੀ ਫੌਜ ਸੀਗੀ ਉਹ ਇੱਧਰ ਝਿੜੀ ਵਾਲੇ ਪਾਸੇ ਸੀ, ਜਦੋਂ ਉਹਨਾਂ ਨੇ ਹਮਲਾ ਕੀਤਾ ਇਹ ਦਰਖਤਾਂ ਦੇ ਉੱਲੇ ਲੁਕ ਜਾਂਦੇ ਸੀ। ਫਿਰ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਆਪਦੀਆਂ ਤੋਪਾਂ ਅੱਗੇ ਕੱਢੀਆਂ, ਇਹਨਾਂ ਨੇ ਆਪਦੀਆਂ ਤੋਪਾਂ ਨਾਲ ਉਹਨਾਂ ਦੀਆਂ ਤੋਪਾਂ ਵਾਲੇ ਮਾਰਤੇ ਸਾਰੇ। ਤੋਪਾਂ 'ਚ ਉਹਨਾਂ ਦੀਆਂ ਤੋਪਾਂ 'ਚ ਸੁੰਨ ਸੁਨੈਹ ਹੋ ਗਈ ਜਮੀ। ਉਦੋਂ ਬਾਅਦ ਕੀ ਕੀਤਾ, ਜਿਹੜੇ ਘੋੜ ਸਵਾਰ ਸੀਗੇ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਫੌਜ ਦੇ ਘੋੜ ਸਵਾਰ ਸੀ ਉਹ ਵਜ਼ੀਰ ਖਾਨ ਦੀ ਫੌਜ 'ਚ ਚੱਲ ਗਏ, ਬੜਾ ਟੁੱਕੀ ਕਰਨ ਲੱਗ ਗਏ। ਉੱਥੇ ਇੱਕ ਹੋਰ ਚਾਲ ਖੇਡੀ ਸੀ ਵਜ਼ੀਰ ਖਾਨ ਨੇ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਤਿਆਰੀ ਕਰ ਰਹੇ ਸੀ ਜੰਗ ਦੀ, ਹਜੇ ਨਹੀਂ ਪਹੁੰਚੇ ਸੀ, ਸੁੱਚਾਨੰਦ ਦੇ ਭਤੀਜੇ ਨੂੰ 1000 ਹਿੰਦੂ ਫੌਜੀ ਦੇ ਕੇ ਭੇਜਤੇ, ਤੁਸੀਂ ਜਾਓ ਕਿ ਬੰਦਾ ਸਿੰਘ ਬਹਾਦਰ ਦੀ ਫੌਜ 'ਚ ਰਲ ਜਾਓ, ਜੰਗ ਵਾਲੇ ਦਿਨ ਤੁਸੀਂ ਬਗਾਵਤ ਕਰ ਦਿਓ ਉੱਥੋਂ, ਤੁਸੀਂ ਆ ਜਿਓ ਮੇਰੇ ਵੱਲ, ਉਹਨਾਂ ਦੇ ਹੌਸਲੇ ਪਸਤ ਹੋ ਜਾਣਗੇ। ਚੱਲ ਗਿਆ ਉਹ ਸੁੱਚਾਨੰਦ ਦਾ ਭਤੀਜਾ ਬਾਬਾ ਬੰਦਾ ਸਿੰਘ ਬਹਾਦਰ ਕੋਲ, ਕਹਿੰਦਾ ਜੀ ਮੈਂ ਹਿੰਦੂ ਫੌਜ ਲੈ ਕੇ ਆਇਆ, ਵਜ਼ੀਰ ਖਾਨ ਤੋਂ ਅਸੀਂ ਬਗਾਵਤੀ ਹੋ ਗਏ ਕਿ ਅਸੀਂ ਤੁਹਾਡੇ ਨਾਲ ਰਲਣਾ ਚਾਹੁੰਦੇ ਹਾਂ, ਅਸੀਂ ਉਹਨਾਂ ਦੇ ਜ਼ੁਲਮਾਂ ਤੋਂ ਤੰਗ ਹਾਂ। ਬਾਬਾ ਬੰਦਾ ਸਿੰਘ ਬਹਾਦਰ ਹੁਣ ਸੂਝਵਾਨ ਸੀਗੇ, ਉਹਨਾਂ ਨੇ ਰਲਾ ਤਾਂ ਲਿਆ ਆਪਦੀ ਫੌਜ 'ਚ, ਉਹਨਾਂ ਨੂੰ ਸਭ ਤੋਂ ਮਗਰ ਰੱਖਿਆ, ਉਹਨਾਂ ਨੂੰ ਮੂਹਰੇ ਨਹੀਂ ਲਾਇਆ ਉਹਨਾਂ ਨੂੰ। ਉਹੀ ਕੰਮ ਹੋਇਆ ਫਿਰ, ਸੁੱਚਾਨੰਦ ਨੇ ਫਿਰ ਆਪਦੀ ਚਾਲ ਖੇਲੀ, ਸੁੱਚਾਨੰਦ ਨੇ ਕੀਤਾ ਇਸ਼ਾਰਾ, ਜਿਹੜੇ ਉਹਦੇ ਨਾਲ ਦੇ ਸੀਗੇ ਹਿੰਦੂ ਉਹ ਫਿਰ ਉੱਥੇ ਝੂਠ ਬੋਲਣ ਲੱਗ ਗਏ, ਮਤਲਬ ਸਿੱਖਾਂ ਦੇ ਭੇਸ 'ਚ ਸੀਗੇ, ਉਹ ਸਿੱਖਾਂ ਦੀ ਫੌਜ 'ਚ ਸੀਗੇ, ਕਹਿੰਦੇ ਜੀ ਮੁਗਲ ਭਾਰੀ ਪੈ ਗਏ, ਮੁਗਲ ਭਾਰੀ ਪੈ ਗਏ। ਅਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਦੀਆਂ ਫੌਜਾਂ 'ਚ ਥੋੜ੍ਹਾ ਡਰ ਉਸ ਟਾਈਮ 'ਤੇ ਦੇਖਿਆ ਗਿਆ, ਥੋੜ੍ਹਾ ਜਿਹਾ ਮਤਲਬ ਇਹਨਾਂ ਦੇ ਪੈਰ ਥੋੜ੍ਹੇ ਜਿਹੇ ਹਿੱਲ ਗਏ। ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਕੀ ਕੀਤਾ, ਟਿੱਲੇ ਤੋਂ ਉੱਤਰ ਕੇ ਆਏ, ਉੱਤਰ ਕੇ ਆਪਦੀਆਂ ਫੌਜਾਂ 'ਚ ਖੜ੍ਹੇ ਉੱਥੇ ਜਕਾਰੇ ਲਾਏ, ਉਹਨਾਂ ਦਾ ਹੌਸਲਾ ਫੇਰ ਉਵੇਂ ਹੋ ਗਿਆ। ਜਿਹੜਾ ਪਹਿਲਾ ਟਾਕਰਾ ਹੋਇਆ ਉਹ ਹੋਇਆ ਭਾਈ ਬਾਜ ਸਿੰਘ ਅਤੇ ਸੁੱਚਾਨੰਦ ਦਾ। ਹੁਣ ਸੁੱਚਾਨੰਦ ਵਰਗੇ ਤਾਂ ਹਰਾਮ ਪੁਣੇ ਕਰਨ ਯੋਗ ਹੀ ਸੀਗੇ, ਇਹ ਕੋਈ ਯੋਧੇ ਤਾਂ ਹੈ ਨਹੀਂ ਸੀਗੇ, ਭਾਈ ਬਾਜ ਸਿੰਘ ਵਰਗੇ ਯੋਧੇ। ਜਦੋਂ ਭਾਈ ਬਾਜ ਸਿੰਘ ਤਲਵਾਰ ਲੈ ਕੇ ਵਧਿਆ ਉਹਦੇ ਵੱਲ, ਸੁੱਚਾਨੰਦ ਡਰ ਗਿਆ, ਸੁੱਚਾ ਸਿੰਘ ਭੱਜ ਗਿਆ ਸਰਹੰਦ ਨੂੰ। ਉਹ ਬਾਅਦ 'ਚੋਂ ਦੱਸਾਂਗੇ ਵੀ ਇਹਦਾ ਕੀ ਹੁੰਦਾ ਹੈ। ਹੁਣ ਆਪਾਂ ਦੱਸਦੇ ਹਾਂ ਵੀ ਵਜ਼ੀਰ ਖਾਨ ਦਾ ਅੰਤ ਕਿਵੇਂ ਹੋਇਆ। ਇੰਨਾ ਭੈੜਾ ਅੰਤ, ਇੰਨਾ ਕੁ ਜ਼ਿਆਦਾ ਭੈੜਾ ਅੰਤ ਹੋਇਆ ਕਿ ਉਹਦੀਆਂ 7 ਪੋਸਤਾਂ ਨਾ ਕੰਬਦੀਆਂ ਹੋਣਗੀਆਂ, ਜਿਹਨੇ ਛੋਟੇ ਛੋਟੇ ਸਾਹਿਬਜ਼ਾਦਿਆਂ 'ਤੇ ਤਰਸ ਨਹੀਂ ਖਾਇਆ, ਨਿੱਕੀਆਂ ਨਿੱਕੀਆਂ ਜਿੰਦਾਂ 'ਤੇ। ਉਹ ਬੰਦੇ ਦਾ ਇੰਨਾ ਭਿਆਨਕ ਅੰਤ ਹੀ ਹੋਣਾ ਚਾਹੀਦਾ ਸੀ। ਕਹਿੰਦੇ ਜਿਹੜਾ ਵਜ਼ੀਰ ਖਾਨ ਸੀਗਾ, ਬਾਬਾ ਬੰਦਾ ਸਿੰਘ ਬਹਾਦਰ ਨੂੰ ਵੱਲ ਨੂੰ ਵਧਣਾ ਸ਼ੁਰੂ ਹੋਇਆ, ਉਹਨੇ ਦੇਖਿਆ ਬਾਬਾ ਬੰਦਾ ਸਿੰਘ ਬਹਾਦਰ ਲੜ ਰਹੇ ਸੀ ਜਦੋਂ ਥੱਲੇ ਆ ਕੇ, ਹਰਾਮੀ ਸੀ ਉਹਨੂੰ ਐਂ ਸੀ ਮੈਂ ਪਿੱਠ ਪਿੱਛੋਂ ਮਾਰੂੰਗਾ, ਭਾਈ ਬਾਜ ਸਿੰਘ ਵਿਚਾਲੇ ਆ ਗਏ। ਵਜ਼ੀਰ ਖਾਨ ਨੇ ਨਾ ਨੇਜਾ ਮਾਰਿਆ ਭਾਈ ਬਾਜ ਸਿੰਘ ਵੱਲ, ਨੇਜਾ ਮਾਰਿਆ ਜਦ ਭਾਈ ਬਾਜ ਸਿੰਘ ਵੱਲ ਉਹਨਾਂ ਨੇ ਬੁੱਚ ਲਿਆ ਨੇਜਾ, ਉਹਨਾਂ ਨੇ ਬੁੱਚ ਕੇ ਵਾਪਸ ਮਾਰਿਆ, ਵਾਪਸ ਮਾਰਿਆ ਜਦੋਂ ਉਹਦੇ ਘੋੜੇ 'ਚ ਵੱਜਿਆ ਨੇਜਾ, ਜਾ ਕੇ ਉਹਦੇ ਘੋੜੇ ਦੇ ਵੱਜਿਆ ਜਦੋਂ ਤਾਂ ਵਜ਼ੀਰ ਖਾਨ ਥੱਲੇ ਡਿੱਗ ਗਿਆ। ਵਜ਼ੀਰ ਖਾਨ ਨੇ ਥੱਲੇ ਡਿੱਗਦੇ ਡਿੱਗਦੇ ਨਾ ਤੀਰ ਮਾਰਿਆ, ਤੀਰ ਭਾਈ ਬਾਜ ਸਿੰਘ ਦੇ ਬਾਂਹ 'ਚ ਵੱਜਿਆ। ਜਦੋਂ ਭਾਈ ਬਾਜ ਸਿੰਘ ਦੀ ਬਾਂਹ 'ਚ ਵੱਜਿਆ ਉਹਨੇ ਨਾ ਫਿਰ, ਭਾਈ ਬਾਜ ਸਿੰਘ ਵੀ ਡਿੱਗ ਪਏ ਹੋਣੇ ਆ, ਉਹਨੇ ਨਾ ਫਿਰ ਤਲਵਾਰ ਨਾਲ ਭਾਈ ਬਾਜ ਸਿੰਘ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਇਹਨੂੰ ਮਾਰਦਾ। ਤਾਂ ਭਾਈ ਫਤਿਹ ਸਿੰਘ ਸੀਗੇ ਇੱਕ, ਭਾਈ ਫਤਿਹ ਸਿੰਘ ਨੇ ਨਾ ਉਹਦੇ ਹਮਲੇ ਤੋਂ ਪਹਿਲਾਂ ਹੀ ਨਾ ਜਾ ਕੇ ਹਮਲਾ ਕਰਤਾ, ਉਹਦਾ ਮੋਢਾ ਵੜਤਾ ਵਜ਼ੀਰ ਖਾਨ ਦਾ। ਇੱਥੇ ਕੌਤਕ ਦੇਖੋ ਵੀ ਵਜ਼ੀਰ ਖਾਨ ਪਾਪੀ ਨੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਸ਼ਹੀਦ ਕਰਾਇਆ ਸੀ। ਰੱਬ ਦੇ ਰੰਗ ਦੇਖੋ ਕਿ ਵਜ਼ੀਰ ਖਾਨ ਦਾ ਅੰਤ ਵੀ ਭਾਈ ਫਤਿਹ ਸਿੰਘ ਦੀ ਤਲਵਾਰ 'ਚੋਂ ਹੋਇਆ। ਭਾਈ ਫਤਿਹ ਸਿੰਘ ਯੋਧਾ ਸੀਗਾ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦਾ। ਵਜ਼ੀਰ ਖਾਨ ਦਾ ਜਦੋਂ ਮੋਢਾ ਵੜਤਾ ਸਾਰੇ ਕਿਤੇ ਖਬਰ ਫੈਲ ਗਈ ਵੀ ਮਾਰਿਆ ਗਿਆ ਵਜ਼ੀਰ ਖਾਨ, ਮਾਰਿਆ ਗਿਆ ਵਜ਼ੀਰ ਖਾਨ। ਸਾਰੀ ਫੌਜ ਜਿਹੜੀ ਖਰੀਦ ਕੇ ਲਿਆਇਆ ਸੀ ਜਾਂ ਜਿਹੜੀ ਤਨਖਾਹ ਵਾਲੀ ਫੌਜ ਸੀਗੀ, ਮਿੰਟੋ ਸਕਿੰਟ ਹੀ ਮੈਦਾਨ ਖਾਲੀ ਹੋ ਗਿਆ। ਉੱਥੇ ਜਦੋਂ ਤੜਫ ਰਿਹਾ ਸੀ ਵਜ਼ੀਰ ਖਾਨ, ਉਹ ਧਰਤੀ 'ਤੇ ਨਹੀਂ ਛੱਡਿਆ। ਗੁਰੂ ਦੇ ਸਿੰਘ ਕਹਿੰਦੇ ਤੈਨੂੰ ਉੱਥੇ ਲੈ ਕੇ ਜਾਵਾਂਗੇ ਸਰਹੰਦ, ਜਿੱਥੇ ਛੋਟੇ ਸਾਹਿਬਜ਼ਾਦਿਆਂ ਦਾ ਖੂਨ ਡੁੱਲਿਆ ਹੋਇਆ। ਉਹ ਫਿਰ ਉੱਥੇ ਲੈ ਕੇ ਗਏ ਉਹਨੂੰ, ਉੱਥੇ ਕਿਵੇਂ ਲੈ ਕੇ ਗਏ, ਘੋੜਿਆਂ ਦੇ ਮਗਰ ਪਾ ਲਿਆ ਵਜ਼ੀਰ ਖਾਨ। 20 ਕਿਲੋਮੀਟਰ ਸੀ ਛੱਪੜ ਚਿੜੀ ਤੋਂ ਸਰਹੰਦ, 20 ਕਿਲੋਮੀਟਰ ਉਹਨੂੰ ਘੜੀਸ ਕੇ ਸਰਹੰਦ ਲੈ ਕੇ ਗਏ। ਹੰਕਾਰ 'ਚ ਆਏ ਨੇ ਜਿੱਥੇ ਸਾਹਿਬਜ਼ਾਦਿਆਂ ਨੂੰ
ਨੀਹਾਂ 'ਚ ਚਿਣਵਾਇਆ ਸੀਗਾ। ਵਜ਼ੀਰ ਖਾਂ ਕਹਿੰਦਾ ਹੁੰਦਾ ਸੀ ਕਿ ਦਿੱਲੀ ਦੇ ਤਖਤਾਂ ਦੇ ਰਾਜੇ ਕਹਿੰਦਾ ਬਦਲਦੇ ਰਹਿੰਦੇ ਆ, ਕਹਿੰਦਾ ਸਰਹੰਦ ਦਾ ਮੈਂ ਹੀ ਹਾਂ, ਇੱਥੇ ਵਜ਼ੀਰ ਖਾਂ ਸੀ, ਵਜ਼ੀਰ ਖਾਨ ਹੈ ਅਤੇ ਵਜ਼ੀਰ ਖਾਨ ਹੀ ਰਹੂਗਾ। ਉਹੀ ਵਜ਼ੀਰ ਖਾਂ ਨੂੰ ਅੱਜ ਲਹੂ ਲਹਾਨ ਗੁਰੂ ਦੇ ਸਿੱਖ ਸਰਹੰਦ ਦੀਆਂ ਗਲੀਆਂ 'ਚ ਘਸੀਟ ਰਹੇ ਨੇ ਘੋੜਿਆਂ ਦੇ ਪਿੱਛੇ। ਉਦੋਂ ਬਾਅਦ ਉਹਨੂੰ ਸਰਹੰਦ ਦੇ ਸਾਰੇ ਲੋਕਾਂ ਦੇ ਸਾਹਮਣੇ ਇੱਕ ਜੰਡ ਦਾ ਦਰਖਤ ਸੀਗਾ, ਰੱਸਾ ਪਾ ਕੇ ਉਹਨੂੰ ਜੰਡ ਦੇ ਦਰਖਤ 'ਤੇ ਪੁੱਠਾ ਟੰਗਿਆ ਗਿਆ। ਕਹਿੰਦੇ ਜਦੋਂ ਉਹਨੂੰ ਪੁੱਠਾ ਟੰਗਿਆ ਗਿਆ, ਥੱਲੇ ਪਰਾਲੀ ਲਾ ਕੇ ਨਾ, ਥੱਲੇ ਪਰਾਲੀ ਲਾ ਕੇ ਉਹਦੇ ਥੋੜ੍ਹੀ ਜਿਹੀ ਅੱਗ ਲਾਈ, ਉਹਦਾ ਸਰੀਰ ਇੱਕਦਮ ਨਹੀਂ ਮੱਚਿਆ, ਅੱਧ ਮੱਚਿਆ ਸਰੀਰ ਹੋ ਗਿਆ ਉਹਦਾ। ਉਦੋਂ ਬਾਅਦ ਗਿਰਜਾਂ ਬਾਜ ਆ ਕੇ ਉਹਨੂੰ ਨੋਚ ਨੋਚ ਕੇ ਉਹਦੇ ਸਰੀਰ ਨੂੰ ਖਾਧਾ ਅਤੇ ਉਹ ਤੜਫ ਤੜਫ ਕੇ ਮਰਿਆ। ਆਹ ਅੰਤ ਵਜ਼ੀਰ ਖਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤਾ। ਜੇ ਆਹ ਅੰਤ ਨਾ ਹੁੰਦਾ ਵਜ਼ੀਰ ਖਾਂ ਦਾ, ਤਾਂ ਉਹ ਇੱਕ ਰਹਿੰਦਾ ਸਿੱਖਾਂ ਦੇ ਅੰਦਰ। ਹੁਣ ਇਹ ਆ ਵੀ ਗੁਰੂ ਦੇ ਸਿੰਘਾਂ ਨੇ ਬਦਲਾ ਲੈ ਲਿਆ, ਉਹਦੇ ਅੰਜਾਮ ਤੱਕ ਉਹਨੂੰ ਪਹੁੰਚਾ ਤਾ। ਸਰਹੰਦ ਸੀ ਜਿਹੜਾ, ਸਰਹੰਦ ਫਿਰ ਫਤਿਹ ਕਰ ਲਿਆ ਸਿੱਖਾਂ ਨੇ। ਪਹਿਲਾ ਜਿਹੜਾ ਸਿੱਖ ਰਾਜ, ਖਾਲਸਾ ਰਾਜ ਪਹਿਲਾਂ ਜਿਹੜਾ ਕਾਇਮ ਹੋਇਆ, ਉਹ ਸਰਹੰਦ 'ਚ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ। ਬਾਜ ਸਿੰਘ ਨੂੰ ਉੱਥੋਂ ਦਾ ਸੂਬੇਦਾਰ ਨਿਯੁਕਤ ਕਰਤਾ। ਸਰਹੰਦ ਬਹੁਤ ਵੱਡਾ ਸੂਬਾ ਸੀਗਾ ਪੰਜਾਬ ਦਾ, 52 ਲੱਖ ਆਮਦਨ ਸੀਗੀ ਸਰਹੰਦ ਦੀ ਇੱਕ ਸਾਲ ਦੀ। ਉਹਨੂੰ ਬਾਵਨੀ ਸਰਹੰਦ ਵੀ ਕਹਿੰਦੇ ਹੁੰਦੇ ਸੀ। ਕਹਿੰਦੇ ਆ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਫਤਿਹ ਕੀਤਾ ਸਰਹੰਦ 'ਤੇ, ਉਸ ਟਾਈਮ 'ਤੇ ਦੱਸਦੇ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ 3 ਕਰੋੜ ਰੁਪਈਆ ਕਬਜ਼ੇ 'ਚ ਲਿਆ, ਔਰ ਉਹ ਕਿਸੇ ਨਿਰਦੋਸ਼ਾਂ ਨੂੰ ਲੁੱਟਿਆ ਨਹੀਂ ਹੈਗਾ, ਕਿਸੇ ਦੇ ਘਰ 'ਚ ਡਾਕਾ ਨਹੀਂ ਮਾਰਿਆ ਹੈਗਾ। ਚਾਨੰਦ ਦਾ ਪੈਸਾ, ਵਜ਼ੀਰ ਖਾਨ ਦਾ ਪੈਸਾ ਜਿਹੜਾ ਇਹਨਾਂ ਨੇ ਉਹ ਕੀਤਾ ਹੋਇਆ ਸੀਗਾ, 3 ਕਰੋੜ ਰੁਪਈਆ ਗੱਡਿਆਂ 'ਤੇ ਲੱਦ ਕੇ ਫਿਰ ਉਹਨਾਂ ਨੇ ਲੋਹਗੜ੍ਹ ਭੇਜਿਆ ਬਾਬਾ ਬੰਦਾ ਸਿੰਘ ਬਹਾਦਰ ਨੇ। ਲੋਕ ਡਰੇ ਹੋਏ ਸੀ ਵੀ ਸਿੱਖ ਹੁਣ ਸਾਰੇ ਮੁਗਲਾਂ ਦਾ ਜਾਂ ਇੱਥੋਂ ਦੇ ਲੋਕਾਂ ਦਾ ਉਹੀ ਹਾਲ ਕਰਨਗੇ ਜਿਹੜਾ ਮੁਗਲ ਸਿੱਖਾਂ ਦਾ ਕਰਦੇ ਹੁੰਦੇ ਸੀ, ਵੀ ਸਾਡੇ ਬੱਚਿਆਂ ਨੂੰ ਮਾਰ ਦੇਣਗੇ, ਸਾਨੂੰ ਮਾਰ ਦੇਣਗੇ। ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਇਕੱਠ ਕੀਤਾ ਉੱਥੇ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਵੀ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ, ਕਿਸੇ ਵੀ ਬੇਕਸੂਰ ਨੂੰ ਸਿੱਖ ਹੱਥ ਨਹੀਂ ਲਾਉਣਗੇ, ਪਰ ਕਹਿੰਦੇ ਜਿਹਦਾ ਕਸੂਰ ਆ ਉਹਨੂੰ ਬਖਸ਼ਿਆ ਨਹੀਂ ਜਾਣਾ। ਤਾਂ ਕਹਿੰਦੇ ਨੇ ਵੀ ਉੱਥੇ ਜਿਹੜੇ ਮੁਗਲਾਂ ਦੇ ਵਜ਼ੀਰ ਖਾਨ ਵਰਗਿਆਂ ਦੇ ਕਿਲੇ ਸੀਗੇ, ਉਹ ਨੇਸਤੋਂ ਨਾਬੂਦ ਕੀਤੇ ਬੰਦਾ ਸਿੰਘ ਬਹਾਦਰ ਨੇ, ਢਾਹੇ ਉੱਥੇ। ਪਰ ਜਿਹੜੀਆਂ ਧਾਰਮਿਕ ਇਮਾਰਤਾਂ ਸੀਗੀਆਂ ਮੁਸਲਮਾਨਾਂ ਦੀਆਂ, ਕਿਤੇ ਕੋਈ ਮਜ਼ਾਰ ਆ, ਕਿਤੇ ਕੋਈ ਮਸਜਿਦ ਆ, ਉਹ ਇੱਕ ਵੀ ਨਹੀਂ ਢਾਹੀ, ਉਹ ਅੱਜ ਵੀ ਮੌਜੂਦ ਨੇ ਉੱਥੇ। ਇੱਥੋਂ ਤੱਕ ਕਿ ਇੱਕ ਸਰਹੰਦੀ ਸ਼ੇਖ ਸੀਗਾ ਜਿਹੜਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ 'ਤੇ ਗੁਰੂ ਤੇਗ ਬਹਾਦਰ ਦੀ ਸ਼ਹਾਦਤ 'ਤੇ ਖੁਸ਼ ਹੋਏ ਸੀਗੇ ਜਿਹੜੇ, ਉਹਨਾਂ ਦੀਆਂ ਮਜ਼ਾਰਾਂ ਨੂੰ ਵੀ ਹੱਥ ਨਹੀਂ ਲਾਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ। ਹੁਣ ਤੁਸੀਂ ਕਹੋਗੇ ਸੁੱਚਾਨੰਦ ਦਾ ਕੀ ਹੋਇਆ? ਸੁੱਚਾਨੰਦ ਉੱਥੋਂ ਭੱਜਿਆ ਆਇਆ ਸੀ ਭਾਈ ਬਾਜ ਸਿੰਘ ਤੋਂ ਡਰਦਾ। ਅੰਨਾ ਪੈਸਾ ਸੀ ਉਹਦੇ ਕੋਲ, ਅੰਨਾ ਪੈਸਾ, ਜਮਾਂ ਖਾਸ ਬੰਦਾ ਸੀਗਾ ਵਜ਼ੀਰ ਖਾਂ ਦਾ। ਸਿੱਖਾਂ ਨੇ ਕਬਜ਼ਾ ਕਰ ਲਿਆ ਸਰਹੰਦ 'ਤੇ, ਚਾਰੇ ਪਾਸੇ ਸਿੱਖ ਹੀ ਸਿੱਖ ਸਰਹੰਦ 'ਚ। ਸੁੱਚਾਨੰਦ ਹਜੇ ਵੀ ਉਸੇ ਹੀ ਸ਼ਹਿਰ 'ਚ ਫਿਰਦਾ ਹੈ। ਕਿਉਂ ਨਹੀਂ ਨਿਕਲਿਆ ਉਹ, ਕਿਉਂ ਨਹੀਂ ਭੱਜ ਪਾਇਆ? ਉਹਦੇ ਲਾਲਚ ਨੇ ਜਾਣ ਨਹੀਂ ਦਿੱਤਾ ਉਹਨੂੰ। ਉਹਦੇ ਕੋਲ ਦੌਲਤ ਇੰਨੀ ਸੀ, ਸਕੀਮਾਂ ਘੜਦਾ ਰਿਹਾ ਵੀ ਮੈਂ ਆਪਦੀ ਦੌਲਤ ਲੈ ਕੇ ਕਿਵੇਂ ਨਿਕਲਾਂ ਇੱਥੋਂ। ਕਿਸੇ ਨੇ ਫਿਰ ਖਬਰ ਦੇ ਦਿੱਤੀ ਵੀ ਸੁੱਚਾਨੰਦ ਇੱਥੇ ਆ, ਫਿਰ ਉਹਦਾ ਕੀ ਹਾਲ ਕੀਤਾ ਸੀ? ਉਹਨੂੰ ਗ੍ਰਿਫਤਾਰ ਕਰ ਲਿਆ, ਉਹਨੂੰ ਗ੍ਰਿਫਤਾਰ ਕਰਕੇ ਕਹਿੰਦੇ ਉਹਦੇ ਨੱਕ 'ਚ ਨਕੇਲ ਪਾ ਤੀ, ਉਹਦੇ ਨੱਕ 'ਚ ਨਕੇਲ ਪਾ ਤੀ, ਅਤੇ ਉਹਨੂੰ ਕਹਿੰਦੇ ਵੀ ਤੂੰ ਭੀਖ ਮੰਗ ਸਰਹੰਦ ਦੀਆਂ ਗਲੀਆਂ 'ਚ। ਸਰਹੰਦ ਦੀਆਂ ਗਲੀਆਂ 'ਚ ਭੀਖ ਮੰਗੀ ਫਿਰ ਉਹਨੇ, ਫਿਰ ਉਹਨੂੰ ਮੌਤ ਦੇ ਘਾਟ ਉਤਾਰਿਆ ਗਿਆ। ਉਦੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਥੇ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ 'ਤੇ ਸਿੱਕੇ ਵੀ ਚਲਾਏ, ਮੋਹਰਾਂ ਵੀ ਚਲਾਈਆਂ। ਮਤਲਬ ਬਾਬਾ ਬੰਦਾ ਸਿੰਘ ਬਹਾਦਰ ਨੇ ਐਡੀ ਵੱਡੀ ਜੰਗ ਜਿੱਤੀ, ਤਖਤਾ ਪਲਟ ਕੀਤਾ, ਆਪਦੇ ਨਾਂ 'ਤੇ ਇੱਕ ਵੀ ਸਿੱਕਾ ਨਹੀਂ ਚਲਾਇਆ, ਨਾ ਆਪਦੇ ਆਪ ਨੂੰ ਕਿਤੋਂ ਦਾ ਸੂਬੇਦਾਰ ਨਿਯੁਕਤ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਉਦੋਂ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਜ਼ਮੀਨਾਂ ਵਾਹੁੰਦੇ ਸੀ, ਉਹਨਾਂ ਦੇ ਨਾਮ ਨਹੀਂ ਸੀ ਜ਼ਮੀਨਾਂ, ਜ਼ਮੀਨਾਂ ਵੱਡੇ ਵੱਡੇ ਧਰਨਾਟਾਂ ਦੇ ਨਾਮ ਹੁੰਦੀਆਂ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਹੁਕਮ ਜਾਰੀ ਕੀਤਾ ਸੀ ਵੀ ਜਿਹੜਾ ਜ਼ਮੀਨ ਵਾਹੂਗਾ ਉਹਦੀਆਂ ਰਜਿਸਟਰੀਆਂ ਕਰਾਓ, ਉਹਦੇ ਨਾਂ ਕਰੋ ਜ਼ਮੀਨ। ਆ ਜਿਹੜੇ ਛੋਟੇ ਕਿਸਾਨ ਨੇ ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਬਦੌਲਤ ਨੇ। ਉਦੋਂ ਬਾਅਦ ਫਿਰ ਜਿਹੜਾ ਸਿੱਖ ਰਾਜ ਕਾਇਮ ਹੋਇਆ ਮਹਾਰਾਜਾ ਰਣਜੀਤ ਸਿੰਘ ਦਾ ਵੀ, ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਤੋਂ ਪ੍ਰੇਰਿਤ ਸੀਗਾ। ਬਾਬਾ ਬੰਦਾ ਸਿੰਘ ਬਹਾਦਰ ਇਹ ਵਾਕਈ ਬਹਾਦਰ ਸੀਗਾ। ਮੈਂ ਬਾਬਾ ਬੰਦਾ ਸਿੰਘ ਦੀ ਬਹਾਦਰ ਦੀ ਅੱਜ ਪਹਿਲੀ ਦਫ਼ਾ ਹਿਸਟਰੀ ਸੁਣੀ ਹੈ ਦੇਖ ਕੇ, ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਜਦੋਂ ਉਹਨੇ ਵਜ਼ੀਰ ਖਾਨ ਨੂੰ ਖਤਮ ਕਰਤਾ, ਜਦੋਂ ਉਹਨੇ ਕਬਜ਼ਾ ਕਰ ਲਿਆ ਸਰਹੰਦ ਦੇ ਉੱਤੇ, ਮਸਜਿਦਾਂ ਨੂੰ ਨਹੀਂ ਖਤਮ ਕੀਤਾ। ਹਾਏ ਹਾਏ ਹਾਏ, ਵਾਕਈ ਬਹਾਦਰ ਹੈ ਯਾਰ। ਇਹ ਗੱਲ ਸੁਣ ਕੇ ਮੈਨੂੰ ਐਡੀ ਮੇਰੇ ਦਿਲ ਨੂੰ ਲੱਗੀ, ਐਡਾ ਮੈਨੂੰ ਅੱਖਾਂ 'ਚ ਮੇਰਾ ਪਾਣੀ ਆਉਣਾ ਸ਼ੁਰੂ ਹੋ ਗਿਆ ਕਿ ਯਾਰ ਉਹ ਕਿਸੇ ਧਰਮ ਦੇ ਖਿਲਾਫ ਨਹੀਂ ਆਇਆ,
ਜ਼ੁਲਮ ਦੇ ਖਿਲਾਫ ਆਇਆ ਬਾਬਾ ਬੰਦਾ ਸਿੰਘ ਬਹਾਦਰ, ਅਤੇ ਇਹ ਵਾਕਈ ਬਹਾਦਰ ਸੀਗਾ। ਹੁਣ ਤੁਸੀਂ ਇਹ ਦੇਖੋ ਕਿ ਵਜ਼ੀਰ ਖਾਨ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਵਾ ਕੇ, ਵੱਡੇ ਸਾਹਿਬਜ਼ਾਦਿਆਂ ਨੂੰ ਚਮਕੌਰ ਦੀ ਘੜੀ ਦੇ ਵਿੱਚ ਸ਼ਹੀਦ ਕਰਕੇ ਖਤਮ ਕਰਕੇ, ਉਹਨੇ ਕੀ ਸਮਝਿਆ ਕਿ ਮੈਂ ਜਿੱਤ ਗਿਆ ਸੀਗਾ, ਕਿ ਮੈਂ ਖਤਮ ਨਹੀਂ ਗਾ ਹੋਣਾ। ਹਾਏ 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 ਹਾਏ। ਫਿਰ ਬੰਦਾ ਬਾਬਾ ਬੰਦਾ ਸਿੰਘ ਬਹਾਦਰ ਤਾਂ ਫਿਰ ਆਏਗਾ ਹੀ ਨਾ ਫਿਰ। ਅਤੇ ਅਸਲ ਗੱਲ ਇਹ ਕਿ ਜਿੱਤਿਆ ਕੌਣ ਹੈ, ਅਸਲ ਗੱਲ ਇੱਥੇ ਆ ਕੇ ਮੁੱਕਦੀ ਹੈ। ਇਹੋ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਪੈਗਾਮ, ਇਹੋ ਹੀ ਉਹਨਾਂ ਦਾ ਮੈਸੇਜ ਹੈ ਕਿ ਜਿੱਤਿਆ ਕੌਣ ਹੈ। ਕਿ ਗੱਲ ਮਤਲਬ ਕਹਿੰਦਾ ਹੈ ਕਿ ਜਿੱਤ ਕਿਹਦੀ ਹੋਈ ਹੈ, ਜੰਗ ਜਿੱਤ ਜਾਣਾ ਜਾਂ ਜੰਗ ਹਾਰ ਜਾਣਾ, ਇਹ ਕੋਈ ਕਾਮਯਾਬੀ ਨਹੀਂ। ਅਸਲ ਕਾਮਯਾਬੀ ਹੈ ਕਿ ਹੱਕ ਦੇ ਉੱਤੇ ਖਲੋਣਾ। ਹੱਕ ਕੀ ਸੀਗਾ ਬਾਬਾ ਬੰਦਾ ਸਿੰਘ ਨੇ, ਤੁਸੀਂ ਇਹ ਦੇਖੋ ਕਿ ਬਾਬਾ ਬੰਦਾ ਸਿੰਘ ਨੇ ਮਸਜਿਦਾਂ ਨੂੰ ਹੱਥ ਨਹੀਂ ਪਾਇਆ, ਉਹਨੇ ਜ਼ਾਲਮਾਂ ਨੂੰ ਹੱਥ ਪਾਇਆ। ਇਹਨੂੰ ਕਹਿੰਦੇ ਆ ਜਿੱਤ? ਯਾਰ ਕਿੱਡੀ ਵੱਡੀ ਗੱਲ ਹੈ। ਅੱਛਾ, ਉਹਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਕੇ, ਉਹਨੇ ਜਨਾਬ ਸਭ ਕੁਛ ਖਤਮ ਕਰਕੇ, ਉਹਨੇ ਸਮਝਿਆ ਕਿ ਮੇਰੇ ਕੋਲ ਇੰਨੀਆਂ ਫੌਜਾਂ, ਮੇਰੇ ਕੋਲ ਇੰਨੀਆਂ ਤਾਕਤਾਂ, ਮੈਂ ਖਤਮ ਨਹੀਂ ਗਾ ਹੋ ਸਕਦਾ, ਮੇਰੀ ਜਿੱਤ ਹੀ ਜਿੱਤ ਹੈ। ਲੇਕਿਨ ਅਖੀਰ ਕੀ ਹੋਇਆ, ਉਹ ਦੁਨੀਆ ਦੇ ਸਾਹਮਣੇ ਹੈ। ਵੀਡੀਓ ਦੇ ਵਿੱਚ ਆਪਾਂ ਦੇਖਣ ਦੇ ਸੀ ਕਿ ਕਾਂ ਆਏ ਉੱਤੋਂ, ਪਰਿੰਦੇ ਆਏ, ਉਹਨਾਂ ਨੇ ਨੋਚ ਨੋਚ ਕੇ ਉਹਨੂੰ ਖਾ ਲਿਆ। ਅਤੇ ਉੜਾ ਇੱਕ ਸੁੱਚਾ ਆਨੰਦ ਸੀਗਾ ਜਿਹੜਾ ਕਹਿੰਦਾ ਸੀਗਾ ਕਿ ਆਪਣੀਆਂ ਜ਼ਬਾਨਾਂ ਨੂੰ ਲਗਾਮ ਦਿਉ ਅਤੇ ਝੁੱਕ ਕੇ ਸਲਾਮ ਕਰੋ, ਇੱਦਾਂ ਦੀਆਂ ਜਿਹੜੀਆਂ ਗੱਲਾਂ ਕਰਦਾ ਸੀਗਾ। ਕਿੱਡਾ ਹੰਕਾਰ ਸੀ, ਕਿੱਡੀ ਦੌਲਤ ਸੀ ਉਹਦੇ ਕੋਲ, ਅਤੇ ਉਹਦਾ ਕੀ ਅੰਜਾਮ ਹੋਇਆ? ਬਸ ਇਹੋ ਹੀ ਬਸ ਗੱਲ ਇਹ ਕਿ ਜਿੱਤਿਆ ਕੌਣ, ਅਸਲ ਕਾਮਯਾਬੀ ਕਿਹਦੀ ਹੋਈ ਹੈ। ਉਹ ਛੋਟੇ ਸਾਹਿਬਜ਼ਾਦਿਆਂ ਨੇ ਕੀ ਹਰਾ ਕੀ ਸਮਝਿਆ ਕਿ ਮੈਂ ਜਿੱਤ ਗਿਆ, ਮੈਂ ਬੜਾ ਕਾਮਯਾਬ ਹੋ ਗਿਆ? ਨਹੀਂ, ਕਾਮਯਾਬੀ ਇਹ ਨਹੀਂ। ਕਾਮਯਾਬੀ ਇਹ ਹੈ ਕਿ ਉਹ ਜਿਹੜਾ ਸੀ ਨਾ ਜਿਹਨੇ ਹਾਂ ਦਾ ਨਾਰਾ ਮਾਰਿਆ, ਕੀ ਨਾਮ ਸੀ ਉਹਨਾਂ ਦਾ ਮੈਨੂੰ ਚੇਤਾ ਭੁੱਲ ਗਿਆ, ਮਲੇਰਕੋਟਲਾ ਦਾ ਜਿਹੜਾ ਸੀਗਾ, ਮੁਹੰਮਦ ਖਾਨ, ਨਵਾਬ ਮਲੇਰਕੋਟਲਾ ਦਾ ਜਿਹੜਾ ਸੀਗਾ, ਉਹਨੇ ਹਾਂ ਦਾ ਉਹ ਜਿੱਤਿਆ। ਇੱਧਰੋਂ ਬੰਦਾ ਸਿੰਘ ਬਹਾਦਰ ਜਿੱਤਿਆ ਜਿਹਨੇ ਮਸਜਿਦਾਂ 'ਤੇ ਹਮਲਾ ਨਹੀਂ ਕੀਤਾ। ਯਾਰ ਇਹ ਬੜੀ ਵੱਡੀ ਮੈਨੂੰ ਇੱਕ ਮੇਰੇ ਦਿਲ ਨੂੰ ਜਾ ਗੱਲ ਲੱਗੀ। ਤੁਹਾਨੂੰ ਮੈਂ ਸਹੀ ਗੱਲ ਦੱਸਣੇ ਆ, ਇਹੋ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਪੈਗਾਮ ਹੈ ਕਿ ਤੁਹਾਡੀ ਜਾਨ ਜਾਂਦੀ ਹੈ ਜਾਵੇ, ਤੁਹਾਡਾ ਮਾਲ ਜਾਂਦਾ ਜਾਵੇ, ਤੁਹਾਡੀ ਔਲਾਦ ਜਾਂਦੀ ਜਾਵੇ, ਲੇਕਿਨ ਤੁਸੀਂ ਹੱਕ ਦਾ ਸਾਥ ਨਹੀਂ ਛੱਡਣਾ, ਹੱਕ 'ਤੇ ਰਹੋਗੇ, ਇਹੋ ਹੀ ਕਾਮਯਾਬੀ ਹੈ ਬਸ। ਬਾਕੀ ਬਾਬਾ ਬੰਦਾ ਸਿੰਘ ਬਹਾਦਰ ਦੀ ਇੱਕ ਆਪਾਂ ਹਿਸਟਰੀ ਸੁਣਦੇ ਸੀਗੇ, ਕਿੱਦਾਂ ਉਹਨਾਂ ਨੇ ਵਜ਼ੀਰ ਖਾਨ ਨੂੰ ਖਤਮ ਕੀਤਾ, ਕਿਸ ਤਰ੍ਹਾਂ ਸਰਹੰਦ ਦੇ ਉੱਤੇ ਉਹਨਾਂ ਨੇ ਆ ਕੇ ਇੱਕ ਕਬਜ਼ਾ ਕੀਤਾ, ਅਤੇ ਇੱਕ ਸੁਣ ਕੇ ਇੱਕ ਬੜਾ ਜੋਸ਼, ਇੱਕ ਬੜਾ ਜਜ਼ਬਾ ਕਿ ਇੱਕ ਉਹਨੇ ਸਹੀ ਕੰਮ ਕੀਤਾ। ਅਤੇ ਬਾਕੀ ਇਹ ਕਿ ਵੀਡੀਓ ਤਾਂ ਬੜੀ ਜ਼ਿਆਦਾ ਅੱਛੀ ਸੀ, ਬੜੀ ਅੱਛੀ ਹਿਸਟਰੀ ਸੀਗੀ ਸ਼ੁਰੂ ਤੋਂ ਲੈ ਕੇ ਐਂਡ ਤੱਕ, ਇੱਕ ਇੱਕ ਇਕੱਲੀ ਇਕੱਲੀ ਗੱਲ ਦੀ ਸਮਝ ਆਈ ਹੈ। ਅਤੇ ਬਾਕੀ ਜੋ ਮੈਂ ਆਪਣੀ ਮੁਸਲਮਾਨੀਅਤ ਦੀ ਨਜ਼ਰ ਵਿੱਚ ਜੋ ਮੈਂ ਸਮਝਣਾ ਸੀ ਉਹ ਤੁਹਾਨੂੰ ਦੱਸਦਾ। ਬਾਕੀ ਤੁਹਾਡਾ ਕੀ ਖਿਆਲ ਹੈ, ਤੁਹਾਡੀ ਕੀ ਰਾਏ ਹੈ, ਤੁਸੀਂ ਕਮੈਂਟ ਬੋਕਸ ਲਾਜ਼ਮੀ ਦੱਸੋ।